ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਜਾ ਰਹੇ ਹਾਂ ਇੱਕ ਸਲੂਨ 'ਚ, ਜਿਹੜਾ ਸਾਡਾ ਪਿੰਡਾਂ ਦਾ ਸਲੂਨ ਹੁੰਦਾ ਜਿੱਥੇ ਅਸੀਂ ਵਾਲ ਵੂਲ ਕਟਾਉਂਦੇ ਹਾਂ ਜਾਂ ਸ਼ੇਪ ਸ਼ੂਪ ਕਰਾਉਣੀ, ਉੱਥੇ ਚੱਲੇ ਆ। ਔਰ ਮੇਰੇ ਨਾਲ ਜਾਨ ਮਾਲ ਪਿੱਛੇ, ਇਹ ਵੀ ਦਿਖਾਊਂਗਾ ਕਿਹਦੇ ਕੋਲ ਵਾਲ ਕਟਾਉਂਦਾ। ਵੀਡੀਓ ਸ਼ੁਰੂ ਕਰ ਲਈ। ਹਾਂ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ, ਅਤੇ ਚੱਲਦੇ ਹਾਂ ਜਿੱਥੇ ਮੈਂ ਆਪਣੇ ਵਾਲ ਵੂਲ ਕਟਾਉਂਦਾ ਹੁੰਦਾ। ਤੂੰ ਤੰਨੇ ਮੈਨੂੰ ਫਸਾਉਣਾ ਤਾ, ਕਦੇ ਧਾਰਮਿਕ ਵੀਡੀਓ ਕਦੇ ਕੁਛ ਕਦੇ। ਚਲੋ ਯਾਰ ਚੱਲ। ਸੋ ਅਸੀਂ ਬਾਲ ਬੁਲ ਕਟਾਉਣਾ, ਅਸੀਂ ਕਿਤੇ ਅੱਜ ਜਾਣਾ, ਚਲੀਏ। ਚਲੋ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇਖੀ, ਤੁਹਾਨੂੰ ਦਿਖਾਉਂਦੇ ਅਸੀਂ ਕਿੱਥੇ ਜਾਣਾ ਔਰ ਬਾਲ ਬੁਲ ਕਟਾ ਕੇ ਫਿਰ ਕਰਦੇ ਹਾਂ ਇੰਜੋਏ। ਠੰਡ ਬਹੁਤ, ਠੰਡ ਹੋ ਗਈ, ਠੰਡ ਕੱਪੜੇ ਕੁੱਪੜੇ ਪਾ ਕੇ ਰੱਖੇ ਕਰੋ, ਤੂੰ ਵੀ ਕੱਪੜੇ ਪਾ ਲੇਗਾ, ਟੋਪੀ ਲੈ ਲੇ ਕਰ। ਹੁਣ ਕਿਤੇ ਠੰਡ ਲਵਾ ਲਵੇ, ਜਾਂਦੀ ਟਾਈਮ ਦੀ ਠੰਡ ਹੈ। ਜੇ ਇਹ ਠੰਡ 'ਚ ਬੁਖਾਰ ਚੜ ਗਿਆ, ਸਮਝ ਲੈ ਇਹ ਦੂਜੀ ਵੇਵ ਸ਼ੁਰੂ ਹੋ ਗਈ, ਜਿਹੜੀ ਬਿਮਾਰੀ ਚੱਲੀ ਹੋਣਾ ਉਹਦਾ ਦੂਜਾ ਸ਼ੁਰੂ ਹੋ ਗਿਆ। ਫਿਰ ਇੱਕ ਵਾਰ ਹੋ ਕੇ ਹਟ ਗਿਆ, ਫਿਰ ਦੂਜੀ ਵੇਵ ਸ਼ੁਰੂ ਹੋ ਜਾਣੀ ਇਹਦੀ। ਇਹ ਠੰਡ, ਮੀਂਹ ਪਿਆ ਨਹੀਂ ਕਿਉਂਕਿ ਸੁੱਕੀ ਠੰਡ ਹੈ, ਖਰਾਬ ਕਰਦੀ ਹੈ। ਇਹ ਸੁੱਕੀ ਠੰਡ ਹੈ, ਜੇ ਮੀਂਹ ਪੈ ਗਿਆ ਫਿਰ ਗਿੱਲੀ ਠੰਡ। ਉਹ ਖਰਾਬ ਨਹੀਂ ਕਰਦੀ, ਉਹ 'ਚ ਬੰਦਾ ਬਿਮਾਰ ਘੱਟ ਹੁੰਦਾ, ਉਹ 'ਚ ਬੰਦਾ ਬਿਮਾਰ ਜ਼ਿਆਦਾ ਹੁੰਦਾ। ਚੱਲਦਾ ਮੈਂ ਮੇਕਅਪ ਨਹੀਂ ਕਰਿਆ, ਦੇਖ ਕਿਵੇਂ ਚੱਲਦਾ। ਜਦ ਮੈਂ ਮੇਕਅਪ ਕਰਨਾ ਫਿਰ ਸੋਹਣਾ ਲੱਗਦਾ, ਹੁਣ ਮੈਂ ਮੇਕਅਪ ਨਹੀਂ ਕਰਿਆ। ਇਹ ਕਿਆ ਕਹਿੰਦੇ ਵੀ ਜਿਹੜੇ ਐਕਟਰ ਹੁੰਦੇ ਨਾ, ਜੋ ਮੇਕਅਪ ਤੋਂ ਬਗੈਰ ਹੁੰਦੇ, ਕਿਸੇ ਜੇ ਦੇਖਦੇ ਹੋ, ਦੇਖ ਲਓ ਬਈ ਅੱਜ ਦੇਖ ਰਹੇ ਹੁੰਦੇ। ਕਦੇ ਮੇਕਅਪ ਕਰਦੇ ਫਿਰ ਸੋਹਣੇ ਦੇਖਦੇ ਹੁੰਦੇ ਆ, ਫਿਰ ਕਿਸੇ ਝੱਲੇ ਜੇ ਲੱਗਦੇ ਆ। ਯਾਰ ਠੰਡ ਬਹੁਤ ਹੋ ਗਈ ਯਾਰ, ਹੋਰ ਤੇਰੀ ਸੱਸ ਨੂੰ ਇੰਨੀ ਠੰਡ ਲੱਗ ਰਹੀ ਹੈ ਨਾ। ਮੈਂ ਫਿਰ ਵੀ ਯਾਰ ਦੇਖ ਲਾ, ਤੇਰੇ ਸਾਹਮਣੇ ਲੈ ਕੇ ਆਇਆ, ਰੋਈ ਵੀ ਦਿੱਤੀ, ਟੋਪੀ ਵੀ ਦਿੱਤੀ, ਉੱਪਰ ਕੈਪ ਵੀ ਦਿੱਤੀ, ਠੰਡ ਤੇਰੀ ਓਏ ਤੇਰੀ ਕਿੰਨੀ ਠੰਡੀ ਆ, ਮਾਰ ਕੇ ਕਰਦਾ ਨਾਰ ਦੇ ਕੱਟ ਦੀ ਠੰਡ ਠੰਡ ਲੱਗਦੀ ਐਡੀ ਠੰਡ ਦਾ, ਕਦੇ ਪ੍ਰਧਾਨ ਮੰਤਰੀ ਨੂੰ ਲੱਗੀ ਜਿੱਦ ਨੂੰ ਅੱਜ ਲੱਗ ਰਹੀ ਹੈ। ਆ ਭਾਈ ਮੋਟਰ ਆ ਗਈ ਤੇਰੀ, ਮੋਟਰ ਤੇ ਤਾਂ ਕੋਈ ਹੈ ਨਹੀਂ। ਜਿੱਥੇ ਅਸੀਂ ਅੱਜ ਬਾਈ ਵਾਲ ਕਟਾਉਣ ਆਇਆ, ਇਹ ਬਾਈ ਪਹਿਲਾਂ ਦੁਬਈ ਕੰਮ ਕਰਦਾ ਸੀ, ਹੁਣ ਹੁਣ ਆਇਆ ਇੱਥੇ ਪੰਜਾਬ 'ਚ। ਪੰਜਾਬ ਵਿੱਚੋਂ ਬੈਸਟ ਨਾਈ, ਸੱਚੀ ਗੱਲ ਕਸਮ ਨਾਲ ਕਹਿੰਦਾ, ਝੂਠ ਨਹੀਂ ਬੋਲਦਾ ਯਾਰ। ਇੰਨਾ ਜਲੂਸ ਕੱਢਿਆ ਨਾ ਮੇਰਾ ਉਹਦਾ ਲੋਕਾਂ ਨੇ, ਕਦੇ ਸਾਡੀ ਪੁੱਛ ਖਿਦਰੇ ਨੂੰ ਕੋਈ ਕੁਛ, ਕਦੇ ਕਦੇ ਕੁਛ। ਜੋ ਤੇਰੇ ਕੋਲ ਕਲਾ ਯਾਰ, ਕਿਸੇ ਕੋਲ ਵੀ ਨਹੀਂ ਦੇ ਦਿੱਤੇ ਲਾਗੇ ਹੈਗੇ। ਦੁਬਈ ਕੀ ਕੰਮ ਕਰਦਾ ਫਿਰ? ਦੁਬਈ ਜੀ ਜੁੰਮੇ ਵਾਲੇ ਦਿਨ ਤਾਂ ਭਾਈ ਕੰਮ ਕਰਦੇ ਸੀ। ਅੱਛਾ, ਜੁੰਮਾ ਕਿਹੜਾ ਸਿੱਖ ਗਿਆ ਹੈ? ਜੁੰਮੇ ਦੀ ਛੁੱਟੀ ਹੁੰਦੀ ਇੱਥੇ ਦੁਬਈ 'ਚ ਨਾ। ਹਾਂਜੀ, ਫਿਰ 200 ਗ੍ਰਾਮ ਕਰੀ ਜਾਈਦਾ ਜੀ ਆਪਾਂ। ਅੱਛਾ, ਇੰਡੀਆ ਦਾ ਯਾਨੀ ਕਿ 4,000 ਤੁਹਾਨੂੰ ਪਤਾ ਹੀ ਹੈ ਜੀ ਬਾਕੀ ਦਾ। ਹਾਂ ਹਾਂ ਹਾਂ, ਬਾਕੀ ਦਿਨ ਫਿਰ ਡਿਊਟੀ। ਐ ਦੱਸ ਵੀ ਦੁਬਈ ਪੈਸੇ ਪਰ ਜ਼ਿਆਦਾ ਫੜਦੇ ਨੇ ਇੱਥੇ ਫੜਦੇ ਨੇ? ਨਹੀਂ, ਬਣ ਗਏ ਉੱਧਰ ਦੇ ਹੀ ਹੈ ਜ਼ਿਆਦਾ। ਅੱਛਾ, ਜ਼ਿਆਦਾ ਜੇ ਜਿਵੇਂ ਘੱਟ ਜਾਣੀ ਫਾਇਦਾ ਉੱਧਰ ਹੀ ਤਾਂ ਜੀ। ਅੱਛਾ, ਕਹਿਣਾ ਤਾਂ ਵੀ 4 ਪੈਸੇ ਇਕੱਠੇ ਹੋ ਗਏ, ਇਕੱਠੇ ਪੈਸੇ ਤੁਹਾਨੂੰ ਪਤਾ ਫਾਇਦਾ ਹੈ। ਹਾਂ ਹਾਂ, ਇੱਧਰ ਤੁਹਾਨੂੰ ਪਤਾ ਜੀ ਡੇਲੀ ਡੇਲੀ ਚੱਲੀ ਜਾਣੀ, ਤੇ ਡੇਲੀ ਜਿਹੜੇ ਖਰਚਾ ਡੇਲੀ ਉੱਧਰ ਦਾ ਆਪਣਾ 30,000 ਵੀ ਬਚ ਗਿਆ ਜੀ। ਹਾਂ ਹਾਂ ਹਾਂ, ਇਹ ਘਰ ਦੇ 10 ਵੀ ਖਰਚ ਲਿਆ, 15 ਵੀ ਖਰਚ ਲਿਆ, 15 ਤਾਂ ਬਚਦਾ। ਹਾਂ ਹਾਂ ਹਾਂ, ਇਕੱਠੇ ਪੈਸੇ ਫਾਇਦਾ। ਇਸ ਕਰਕੇ ਜੀ ਤੁਹਾਨੂੰ ਪਤਾ ਇੱਧਰ ਦਾ ਪੰਜਾਬ ਦਾ ਬਣਾ ਜਿੱਦਾਂ ਪਹਿਲਾਂ ਕੱਟੇ ਕਰਦਾ ਉਹੀ ਚੀਜ਼ ਬਣਾ ਦੇ ਬਸ। ਕੈਂਪ ਦੇ ਬਾਹਰ ਜੀ? ਅੱਛਾ, ਕੈਂਪ ਦੇ ਬਾਹਰ, ਠੀਕ ਹੈ। ਹਾਂਜੀ, ਕਰੋਨਾ ਕਰੂਨਾ ਗਿਆ ਨਾ, ਕਰੋਨਾ ਦੇ ਪਹਿਲਾਂ ਆ ਗਏ ਤੇ ਜੀ ਆਪਾਂ। ਅੱਛਾ, ਕਰੋਨਾ ਦੇ ਪਹਿਲਾਂ ਆ ਗਿਆ ਤਾਂ? ਹਾਂਜੀ ਹਾਂਜੀ, ਨਹੀਂ ਮਾਰਚ ਮਹੀਨੇ 'ਚ ਆ ਗਿਆ ਤਾਂ? ਮੈਂ 4 ਮਾਰਚ ਆ ਗਿਆ ਤੇ ਜੀ। ਤੁਹਾਨੂੰ ਪਤਾ ਤਾਂ ਹੁਣ ਲੱਗਿਆ ਤੇਰਾ ਯਾਰ, ਤੁਹਾਨੂੰ ਹੁਣ ਪਤਾ ਲੱਗੀ ਕਿਸਮ ਲੱਗਿਆ ਨਾ। ਅੱਛਾ, ਮਤਲਬ ਕੱਲ੍ਹ ਉਹਨੇ ਦੱਸਿਆ ਪਰਸੋਂ ਉੱਧਰ ਲੰਮੀ ਨੇ ਪੰਜਾਬ ਪੁਲਿਸ ਵਾਲੇ ਨੇ, ਹਾਂਜੀ ਹਾਂਜੀ, ਉਹਨੇ ਦੱਸਿਆ ਕਹਿੰਦਾ ਵੀ ਅੱਜ ਦਾ ਆਪਣਾ ਆ ਗਿਆ ਬੰਦਾ। ਹਾਂਜੀ, ਮੈਂ ਤਾਂ ਮਾਰੀ ਛਾਲ। ਅੱਛਾ ਜੀ, ਮੈਂ ਤਾਂ ਲਾਇਆ ਵੀ, ਹੁਣ ਗੱਲ ਬਣ ਗਈ। ਲਵਲੀ ਵੀਰ ਆਇਆ ਤਾ ਜੀ, ਬਹੁਤ
पिंड सिलो मास्को जिथे बाई की दुकान है ये साढ़े पिंड तो है सिलो मास्को तकरीबन 2.5 किलोमीटर दूर है। सो सीधा इधर रोड चल जाता बेले ये भी वेला रोड पर ही पैंदा सिलो मास्को जो तो अभी छोटे छोटे होंगे स्कूल पढ़ते होंगे तो इतने के भी मुंडे स्कूल पढ़ते सी उन्होंने पूछना तुम सा पिंड कि तो कहना सा पिंड है सिलो मास्को उदो तुम ए लगता भी सिलो मास्को कित कोई कंट्री है कोई देश आ पर सिलो मास्को पिंड है घंट टाइप का पिंड है ये भी मैं रवि कहना मच्छा रख लिया मैं मुछा नहीं रखनी पता मुछा रवि पता क्या चक्कर है जो मुछा रख लिए ना यार अजकल मास्क करके ना मूँह पर बनने पै जाते हैं सारी मुछा की ना शेप बिगड़ जाती है इस करके ना रखनी फिर उसके बाद सीधी नहीं होंगी मास्क तू अद्धा घंटा रख लिया भी बनया होर कोई मच्छर होर कुछ बन जाता हमारे मास्क बंद हो जाए फिर रख लिया कोई अपना जरूर 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 बाजीराव सिंह वांगू रखनी मुछा बढ़िया बढ़िया रख लेंगे लॉकडाउन लगता लगे डबई से सारा प्लान हो गया डबई से दो टूर थे साढ़े एक साडा कहां ते कहां जेड़ा सब्सक्राइब वीडियो देख रहा है ना घर लत्ता उत्ते अपनी लत्ता है कहना कोई चक्कर नहीं रहना टूर दी कोई प्रॉब्लम नहीं हैगी अच्छा जी ते ना चल तो कोई ना वो सारा ही कैंसिल होगा हुन भी हले प्लान बनदा पर हुन हले गलबात ही बननी नहीं हैगी यार अच्छा जी ਉਹ ਨਾ ਤਾਂ ਫਿਰ ਕੋਈ ਕੰਡੀਸ਼ਨਾਂ ਬਹੁਤ ਹੋਣੀ ਉੱਥੇ ਆ ਮਾਸਕ ਪਾ ਕੇ ਰੱਖੋ ਇਹ ਤਾਂ ਰੱਖੋ ਸਹੀ ਗੱਲ ਆ ਹੁਣ ਜਦ ਤੱਕ ਇਹਦੀ ਵੈਕਸੀਨ ਨਹੀਂ ਲਾਉਂਦੇ ਟੀਕਾ ਨਹੀਂ ਹੁੰਦਾ ਰਹਿਤਾ ਗੱਲ ਹੀ ਬਣਦੀ ਨਾਲੇ ਕਹਿੰਦੇ ਟੀਕਾ ਆ ਗਿਆ ਟੀਕਾ ਹਰ ਇੱਕ ਟਾਈਮਿੰਗ ਉਹ ਚੱਲ ਰਹੀ ਆ ਵੀ ਉਹਦੇ ਟ੍ਰਾਇਲ ਚੱਲ ਰਹੇ ਟੀਕੇ ਦੇ ਤਰੀਕੇ ਦੇ ਟ੍ਰਾਇਲ ਪਤਾ ਇੱਦਾਂ ਹੁੰਦਾ ਹੁੰਦੇ ਆ ਵੀ ਨਾ ਦੋ ਬੰਦੇ ਟੀਕਾ ਲਾਉਣਾ ਇੱਕ ਦਿਨ ਉਹਨਾਂ ਨੇ ਸੱਚੀ ਟੀਕਾ ਲਾ ਦੇਣਾ ਇੱਕ ਦਿਨ ਝੂਠੀ ਟੀਕਾ ਲਾ ਦੇਣਾ ਦੇਖਣਾ ਵੀ ਕਿਆ ਇਫੈਕਟ ਪੈਂਦਾ ਦੱਸਣਾ ਨਹੀਂ ਬੰਦਿਆਂ ਨੂੰ ਟੀਕਾ ਲੱਗਿਆ ਤੁਹਾਡੇ दिमागी तौर बंद हां भाई तेरे टीका बीमारी वाले बंद टीका ला तेरे वैक्सीन टीका लाता दूजे भी ला देना बीमार बंद ला दोनों ला लो दोनों हाँ उन्होंने भी देखे बंद बंद ऑटोमेटिक ठीक हो रहा है बंद अंदर हो जाता मैं डरो ना
ਮੈਂ ਬੜੇ ਉਹਨੂੰ ਮੋਟੀਵੇਟ ਕੀਤਾ ਮੈਂ ਕਿਹਾ ਯਾਰ ਕੁਛ ਨਹੀਂ ਤੁਸੀਂ ਡਰੋ ਨਾ ਕੁਛ ਨਹੀਂ ਕਹਿੰਦੇ ਭਾਅ ਜੀ ਅਸੀਂ ਤਾਂ ਸਾਨੂੰ ਧੜ ਦਿੰਦੇ ਧੜਕਣਾ ਤੇਜ਼ ਹੋਈ ਆਏ ਬਹੁਤ ਜੇ ਬੜਾ ਕੋਈ ਮੈਨੂੰ ਉਹਨੂੰ ਇੰਨਾ ਮੋਟੀਵੇਟ ਕੱਲ੍ਹ ਉਹਨਾਂ ਦਾ ਮੈਸੇਜ ਕਹਿੰਦੇ ਅਸੀਂ ਸਾਰੇ ਠੀਕ ਹੋ ਗਏ ਵੀਰੇ ਤੁਸੀਂ ਬਹੁਤ ਵਧੀਆ ਕੀਤਾ ਸਾਨੂੰ ਸਮਝਾਉਂਦੇ ਰਹੇ ਵਾਰ ਵਾਰ ਉਹ ਡਰੇ ਪਏ ਬਾਈ ਉਹ ਵੀ ਲੈ ਵੀ ਗਏ ਬਸ ਇਹ ਤਾਂ ਖਬਰਾਂ 'ਚ ਡਰਾਉਣ ਡਰਾਉਂਦੇ ਆ ਉਹ ਕੰਮ ਹੋਇਆ ਉਹਦਾ ਮੈਂ ਕਿਹਾ ਚੱਲ ਕੋਈ ਨਹੀਂ ਬਾਈ ਸਭ ਭਲੀ ਕਰੇ ਤੁਹਾਨੂੰ ਤਾਂ ਨਹੀਂ ਹੋਇਆ ਹੈਗਾ ਨਾ ਜੀ ਮੈਂ ਤਾਂ ਓਕੇ ਕਿੱਦੋਂ ਹੋ ਰਿਹਾ ਮੇਰੇ ਕੋਲ ਆਏ ਤੇ ਜੀ ਪੁਲਿਸ ਵਾਲੇ ਅੱਛਾ ਉੱਥੇ ਹੀ ਬਾਹਰ ਨਾ ਨਾ ਜੀ ਉਰੇ ਅੱਛਾ ਮੈਂ ਆਇਆ ਇੰਡੀਆ ਜੀ ਹਾਂ 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 ਮੈਨੂੰ ਕਹਿੰਦੇ ਜੀ ਭਾਈ ਤੈਨੂੰ ਬੁਖਾਰ ਹੋ ਗਿਆ ਜਿਹੜੇ ਆ ਹਾਂ ਹਾਂ ਬੁਖਾਰ ਹੋ ਗਿਆ ਤੇ ਚੜ੍ਹ ਦਿੰਦੇ ਆ ਆਪਾਂ ਪੈਗ ਪੁੱਗ ਲਾ ਕੇ ਰੱਖਦੇ ਆ ਅੱਛਾ ਕਹਿੰਦਾ ਫੇਰ ਨਹੀਂ ਹੋਗਾ ਤੈਨੂੰ ਕਹਿੰਦਾ ਨਹੀਂ ਆਏ ਤਾਂ ਮੇਰੇ ਕੋਲ ਵੀ ਆਏ ਤੇ ਅਸੀਂ ਨਾ ਉਸ ਟਾਈਮ ਜਦੋਂ ਲਾਕਡਾਊਨ ਲੱਗਾ ਸੀ 2 ਤਰੀਕ ਨੂੰ ਆਏ ਤੇ ਥਾਈਲੈਂਡ ਤੇ ਅੱਛਾ ਜੀ ਸਾਡੀ ਕੋਈ ਪੂਰੀ ਕਰਿਆ ਵੀ ਸਾਨੂੰ ਕੋਈ ਲੱਛਣ ਕੁਛ ਹੋਇਆ ਹੋਵੇ ਸਾਡੀ ਯਾਰ ਪੂਰੀ ਹੋਈ ਆ ਅਸੀਂ 2 ਤਰੀਕ ਦਾ 2 ਮਾਰਚ ਨੂੰ ਆਏ ਸੀ ਤੇ ਨਾ 2 6 ਮਾਰਚ ਨੂੰ ਅੱਛਾ ਜੀ ਥਾਈਲੈਂਡ ਤੋਂ ਆਏ ਤੇ ਸੀ ਅੱਛਾ ਜੀ ਬਸ ਉਹ ਤੋਂ ਬਾਅਦ ਜਿਹੜੇ ਕੰਮ ਜਾ ਹੋ ਗਿਆ ਸਹੀ ਗੱਲ ਹੈ ਬੜੇ ਸਪਨੇ ਸੋਚੇ ਹੋਏ ਤੇ ਸਪਨੇ ਤਾਂ ਬਹੁਤ ਸੋਚੇ ਹੋਏ ਇਹ ਕਰੂੰਗਾ ਉਹ ਕਰੂੰਗਾ ਲਓ ਜੀ ਤੁਹਾਨੂੰ ਜਾਨ ਮਾਲ ਤਾਂ ਆਪਾਂ ਨੇ ਸਲੂਨ ਦਿਖਾਤਾ ਇੱਦਾਂ ਦੇ ਬਿਹਾਈਂਡ ਦਾ ਸੀਨ ਮੈਂ ਬਾਈ ਦਾ ਤੁਹਾਨੂੰ ਦਿਖਾਉਂਦਾ ਰਹੂੰਗਾ ਪਰ ਤੁਹਾਨੂੰ ਦੱਸੀ ਜਾਇਓ ਜੇ ਠੀਕ ਲੱਗਦਾ ਤੁਸੀਂ ਲਾਈਕ ਕਮੈਂਟ ਕਰਕੇ ਤੁਹਾਨੂੰ ਦੱਸਿਓ ਬਾਈ ਦਾ ਕਿਹੜੀ ਚੀਜ਼ ਤੁਹਾਨੂੰ ਦੇਖਣਾ ਚਾਹੁੰਦਾ ਪਰ ਦਿਖਾਉਣੀ ਸੋ ਹੁਣ ਲੱਗਿਆ ਅਸੀਂ ਵੀਡੀਓ ਬੰਦ ਕਰਨ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ।